ਵਰਲਡ ਕੈਂਸਰ ਕੇਅਰ ਵੱਲੋਂ ਅੰਮ੍ਰਿਤਸਰ ਵਿਖੇ ਸੀਰੀਜ਼ ਆਫ ਜਿਹੜਾ ਕੈਂਪਸ ਲਗਾਏ ਗਏ ਕੈਂਸਰ ਨੂੰ ਲੈ ਕੇ ਬੜੀ ਦੇਰ ਤੋਂ ਮੇਰੀ ਇੱਛਾ ਸੀ ਕਿ ਜਿਹੜਾ ਸਾਡਾ ਇਹ ਏਰੀਆ ਹੈ ਖਾਸ ਕਰਕੇ ਚੱਬਾ ਤੇ ਵਰਪਾਲ ਇਹਨਾਂ ਦੇ ਪਿੰਡ ਪਿੰਡ ਦੇ ਵਿੱਚ ਇਹਦੇ ਵਾਸਤੇ ਇਹਨਾਂ ਲੋਕਾਂ ਵਾਸਤੇ ਕੁਝ ਕੀਤਾ ਜਾਏ ਸਾਨੂੰ ਬੜੀ ਫਕਰ ਮਹਿਸੂਸ ਹੁੰਦਾ ਕਿਉਂਕਿ ਜਿੰਨਾ ਵੀ ਇਹਨਾਂ ਨੂੰ ਲੱਗਦਾ ਵੀ ਗਰੀਬ ਜਨਤਾ ਆ ਇਹਨਾਂ ਨੂੰ ਕੁਝ ਮਿਲਣਾ ਚਾਹੀਦਾ ਹੈ ਵਰਲਡ ਕੈਂਸਰ ਕੇਅਰ ਵੱਲੋਂ ਅੰਮ੍ਰਿਤਸਰ ਵਿਖੇ ਸੀਰੀਜ਼ ਆਫ ਜਿਹੜਾ ਕੈਂਪਸ ਲਗਾਏ ਗਏ ਕੈਂਸਰ ਨੂੰ ਲੈ ਕੇ ਹਮੇਸ਼ਾ ਹੀ ਲਗਾਏ ਜਾਂਦੇ ਨੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਇਹਦੇ ਜਿਹੜੇ ਨੇ ਉਹ ਸੀਈਓ ਨੇ ਤੇ ਉਹਨਾਂ ਵੱਲੋਂ ਕੈਂਪਸ ਦੀ ਜਿਹੜੀ ਹੈ ਆਰਗੇਨਾਈਜੇਸ਼ਨ ਕੀਤੀ ਗਈ ਹੈ ਤੇ ਨਾਲ ਜਿਹੜਾ ਇਸ ਦੇ ਵਿੱਚ ਸਹਿਯੋਗ ਦਿੱਤਾ ਗਿਆ ਹੈ ਲਾਲ ਕਿਲਾ ਬ੍ਰਾਂਡ ਜਿਹੜੇ ਬਾਸਮਤੀ ਰਾਈਸ ਨੇ ਸਾਡੇ ਨਾਲ ਮੌਜੂਦ ਨੇ ਲਾਲ ਕਿਲਾ ਬ੍ਰਾਂਡ ਤੋਂ ਜਿਹੜੇ ਸਰਦਾਰ ਅਰਵਿੰਦਰਪਾਲ ਸਿੰਘ ਜੀ ਰਾਜੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਸ ਤਰ੍ਹਾਂ ਦਾ ਉਪਰਾਲਾ ਰਿਹਾ ਤੇ ਮਦਦ ਕਿਉਂ ਉਹਨਾਂ ਨੇ ਕੀਤੀ ਕੀ ਸਮਝ ਕੇ ਕੀਤੀ ਹਾਂਜੀ ਸਰ ਸਵਾਗਤ ਹੈ ਥੈਂਕ ਯੂ ਜੀ ਸਭ ਤੋਂ ਪਹਿਲਾਂ ਤੇ ਮੈਂ ਆਪਣਾ ਡਾਕਟਰ ਸਾਹਿਬ ਦਾ ਤੇ ਧਾਰੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਉਪਰਾਲਾ ਕੀਤਾ ਤੇ ਅੱਜ ਸਾਡੇ ਵਿਖੇ ਇੱਥੇ ਇਹਨਾਂ ਨੇ ਕੈਂਪ ਲਗਾਇਆ ਇਹ ਬੜੀ ਧੀਰ ਤੋਂ ਮੇਰੀ ਇੱਛਾ ਸੀ ਕਿ ਜਿਹੜਾ ਸਾਡਾ ਇਹ ਏਰੀਆ ਹੈ ਖਾਸ ਕਰਕੇ ਚੱਬਾ ਤੇ ਵਰਪਾਲ ਇਹਨਾਂ ਦੇ ਪਿੰਡ ਪਿੰਡ ਦੇ ਵਿੱਚ ਇਹਦੇ ਵਾਸਤੇ ਇਨਾਂ ਲੋਕਾਂ ਵਾਸਤੇ ਕੁਝ ਕੀਤਾ ਜਾਏ ਉਹਨਾਂ ਦੀ ਸਿਹਤ ਦਾ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਪੜ੍ਹਾਈ ਤੇ ਦੂਸਰੀ ਚੀਜ਼ ਹੈ ਉਹਨਾਂ ਦੀ ਸਿਹਤ ਸੀਤ ਦਾ ਧਿਆਨ ਰੱਖਦੇ ਹੋਏ ਤੇ ਸਾਡੇ ਕਿਉਂਕਿ ਮਿੱਤਰ ਸੀਗੇ ਧਾਰੀਵਾਲ ਸਾਹਿਬ ਤੇ ਉਹਨਾਂ ਨੂੰ ਮੈਂ ਅਰਜ਼ ਕੀਤੀ ਕਿ ਸਾਡੇ ਵਿਖੇ ਇੱਕ ਕੈਂਪ ਲਗਾਉਣ ਔਰ ਉਹਦੇ ਵਿੱਚ ਅੱਜ ਹੁਣ ਤੱਕ ਮੇਰਾ ਖਿਆਲ ਆ 4-500 ਮਰੀਜ਼ ਚੈੱਕ ਕਰ ਚੁੱਕੇ ਨੇ ਤੇ ਇਹਦੇ ਵਿੱਚ ਮੈਨੂੰ ਜੇ ਦੇਖ ਕੇ ਬੜੀ ਖੁਸ਼ੀ ਹੋਈ ਕਿ ਬੜੀ ਤਰ੍ਹਾਂ ਦੇ ਟੈਸਟ ਕਰ ਰਹੇ ਨੇ ਮਤਲਬ 5-6 ਤਰ੍ਹਾਂ ਦੇ ਜਿਹੜੇ ਕੈਂਸਰ ਦੇ ਟੈਸਟ ਕਰਦੇ ਪਏ ਨੇ ਉਸ ਤੋਂ ਇਲਾਵਾ ਰੂਟੀਨ ਦੇ ਜਿਹੜੇ ਟੈਸਟ ਹੁੰਦੇ ਆ ਜਿਹਦੇ ਜ ਜਿੰਨਾ ਦੇ ਜਿਸਾਂ ਬੋਨ ਡੈਂਸਿਟੀ ਹੋ ਗਈ ਗਲੇ ਦੀਆਂ ਚ ਹੋ ਗਈਆਂ ਜਿਨ੍ਹਾਂ ਨੇ ਆਕੇ ਜਿਨ੍ਹਾਂ ਨਾਲ ਅੱਗੇ ਜਾ ਕੇ ਮਤਲਬ ਹੈਲਥ 50 ਸਾਲ ਤੋਂ ਬਾਅਦ ਜਿਹੜੇ ਜ਼ਰੂਰੀ ਨੇ ਇੱਕ ਹਰ ਬੰਦੇ ਦੇ ਚੈੱਕਅਪ ਵਾਸਤੇ ਔਰ ਉਹ ਇੱਕ ਕਾਫੀ ਮਹਿੰਗੇ ਇਵਨ ਇਨਾ ਕੋਲ ਮੈਮੋਗ੍ਰਾਫੀ ਤੱਕ ਹੋ ਗਈ ਹੈ ਜਿਹੜਾ ਕਿ ਇੱਕ 15000 ਦਾ ਟੈਸਟ ਹੈ ਇੱਕ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ ਸੋ ਐਸ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦਾ ਇੱਥੇ ਜਿਹੜਾ ਆਪਣੇ ਸਾਡੇ ਆਸ-ਪਾਸ ਦੇ ਪਿੰਡ ਨੇ ਤੇ ਪਲੱਸ ਮੈਡਮ ਨੇ ਵੀ ਅਤੇ ਸੀਮਾ ਮੈਡਮ ਨੇ ਵੀ ਬਹੁਤ ਸਹਿਯੋਗ ਦਿੱਤਾ ਸਾਨੂੰ ਇੱਥੇ ਸਾਰੇ ਪਿੰਡਾਂ ਦੇ ਵਿੱਚ ਉਹ ਸਾਰਾ ਅਰੇਂਜਮੈਂਟ ਕਰਕੇ ਉਹਨਾਂ ਨੇ ਇੱਥੋਂ ਜਿੰਨੇ ਵੀ ਲੋਕ ਸੀ ਉਹਨਾਂ ਨੂੰ ਭਜਵਾਇਆ ਤੇ ਇੱਕ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਸਿਰ ਕਰੋਨਾ ਦੇ ਵਿੱਚ ਵੀ ਤੁਹਾਡੇ ਵੱਲੋਂ ਚਲੋ ਉਪਰਾਲੇ ਕੀਤੇ ਗਏ ਨੇ ਮੈਂ ਸਮਝਦਾ ਕਿ ਜਿੱਥੇ ਅੱਜ ਚਲੋ ਮੈਂ ਇਸ ਦੇ ਖਿਲਾਫ ਨਹੀਂ ਆ ਕਿ ਲੰਗਰ ਲੱਗਣੀ ਚਾਹੀਦੀ ਹੈ ਲੇਕਿਨ ਐਸੋਲੇ ਜ਼ਰੂਰਤ ਜ਼ਿਆਦਾ ਲੋਕਾਂ ਨੂੰ ਜੋ ਹਸਪੀਟਲਸ ਦੇ ਵਿੱਚ ਅਸੀਂ ਦੇਖੀਦਾ ਜਾਂ ਉਸ ਤਰ੍ਹਾਂ ਕਲੀਨਿਕਸ ਦੇ ਵਿੱਚ ਦੇਖੀਦਾ ਲੋਕੀ ਦਵਾਈ ਖਣੋ ਜਿਹੜਾ ਇਲਾਜ ਖਣੋ ਹੀ ਰਹਿ ਜਾਂਦੇ ਨੇ ਤੇ ਉਹਨਾਂ ਦੇ ਇਲਾਜ ਕਰਕੇ ਕਈ ਸੋਸ਼ਲ ਮੀਡੀਆ ਤੇ ਵੀ ਇਹੋ ਜੀਆਂ ਪੋਸਟ ਪੈਂਦੀਆਂ ਨੇ ਚਲੋ ਲੋਕਾਂ ਕੋ ਜਿੰਨੀ ਕੁ ਮਦਦ ਹੁੰਦੀ ਹੈ ਉਹ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਕਰੋਨਾ ਦੇ ਵਿੱਚ ਕਿਸ ਤਰ੍ਹਾਂ ਦੀ ਮਦਦ ਕੀਤੀ ਗਈ ਤੇ ਹੁਣ ਜਿਹੜਾ ਸਿਨੈਰੀਓ ਚੱਲ ਰਿਹਾ ਹੈ ਤਾਣ ਦਾ ਉਹਨੂੰ ਕਿਸ ਤਰ੍ਹਾਂ ਦੇਖਦੇ ਆਂ ਸਰ ਕਰੋਨਾ ਦੇ ਵਿੱਚ ਵੀ ਅਸੀਂ ਆਪਣੇ ਵੱਲੋਂ ਤੇ ਜਿਹੜੇ ਜਿਹੜੇ ਲੋਕਾਂ ਕੋਲ ਰੋਜ਼ਗਾਰ ਨਹੀਂ ਸੀ ਕਿਉਂਕਿ ਉਸ ਵੇਲੇ ਤੁਸੀਂ ਦੇਖਿਆ ਸਭ ਤੋਂ ਵੱਡੀ ਪ੍ਰੋਬਲਮ ਸੀ ਰੋਜ਼ਗਾਰ ਦੀ ਤੇ ਕਾਫੀ ਸਾਰੇ ਲੋਕ ਜਿਹੜੇ ਅਨਇੰਪਲੋਇਡ ਹੋ ਗਏ ਸੀ ਸੋ ਲੋਕਾਂ ਘਰੋਂ ਨਿਕਲ ਨਹੀਂ ਸਕਦੇ ਸੀ ਲੋਕਾਂ ਦੇ ਘਰ ਰਾਸ਼ਨ ਨਹੀਂ ਸੀ ਸੋ ਅਸੀਂ ਤੇ ਸਾਡੇ ਜਿਹੜੀ ਪੰਜਾਬ ਰਾਈਸ ਮਿਲਰ ਐਕਸਪੋਰਟਰ ਐਸੋਸੀਏਸ਼ਨ ਆ ਇਹਨਾਂ ਸਾਰਿਆਂ ਨੇ ਮਿਲ ਕੇ ਡੀਸੀ ਸਾਹਿਬ ਨਾਲ ਮਿਲ ਕੇ ਉਸ ਵੇਲੇ ਅਸੀਂ ਪਿੰਡ-ਪਿੰਡ 'ਚ ਜਿੱਥੇ-ਜਿੱਥੇ ਵੀ ਲੋੜ ਸੀ ਅਸੀਂ ਉਹਨਾਂ ਨੂੰ ਰਾਸ਼ਨ ਦਿੱਤਾ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਦੇਖੋ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਪਹਿਲੀ ਜ਼ਰੂਰਤ ਹੈ ਜੋ ਮੈਂ ਪੰਜਾਬ ਦੀ ਸਮਝਦਾ ਉਹ ਹੈ ਪੜਾਈ ਪੜਾਈ ਸਾਡੇ ਇੱਥੇ ਜਿਹੜੀ ਹੈ ਉਹ ਜ਼ਰੂਰੀ ਹੈ ਇੱਕ ਬੱਚਾ ਬੱਚੇ ਨੂੰ ਜਦੋਂ ਜਦੋਂ ਪੈਦਾ ਹੁੰਦਾ ਪੈਦਾ ਹੋਣ ਤੋਂ ਬਾਅਦ ਉਹਦਾ ਜਿਹੜਾ ਜ਼ਿੰਦਗੀ ਹੈ ਉਸ ਨੂੰ ਅਗਰ ਅਸੀਂ ਕੁਝ ਬਣਾਣਾ ਹੈ ਤਾਂ ਉਹਦੇ ਵਾਸਤੇ ਹੈ ਸਟੱਡੀ ਸਾਡੇ ਇੱਥੇ ਚਾਹੀਦੇ ਸਾਨੂੰ ਚੰਗੇ ਸਕੂਲ ਉਸ ਤੋਂ ਬਾਅਦ ਉਹਦੇ ਵਾਸਤੇ ਜੋਬ ਕ੍ਰੀਏਟ ਕਰਨਾ ਕਿ ਜੌਬ ਇਹੋ ਜੀ ਨੂੰ ਕੋਈ ਸਕਿੱਲ ਡਿਵੈਲਪਮੈਂਟ ਇਹੋ ਜਿਹਾ ਕੀਤਾ ਜਾਏ ਬੱਚੇ ਦਾ ਜਿਹਦੇ ਨਾਲ ਉਹਦਾ ਉਹਦੇ ਵਾਸਤੇ ਅਸੀਂ ਕੋਈ ਜੌਬ ਕ੍ਰੀਏਟ ਕਰ ਸਕੀਏ ਸੋ ਇਹ ਦੋ ਚੀਜ਼ਾਂ ਦਾ ਅਗਰ ਅਸੀਂ ਧਿਆਨ ਦੇਵਾਂਗੇ ਤੇ ਮੇਰੇ ਖਿਆਲ ਨਾਲ ਇਹ ਗੁਰਦੁਆਰਿਆਂ ਨਾਲੋਂ ਜਾਂ ਹੋਰ ਸਭ ਚੀਜ਼ਾਂ ਨਾਲੋਂ ਠੀਕ ਹੈ ਰੱਬ ਦਾ ਨਾਮ ਜ਼ਰੂਰੀ ਹੈ ਇੱਕ ਇਨਸਾਨ ਵਾਸਤੇ ਰੱਬ ਦੇ ਨਾਲ ਰੱਬ ਦਾ ਰੱਬ ਦਾ ਹੋਣਾ ਇਕ ਅੰਗ ਸੰਗ ਸਹਾਈ ਹੋਣਾ ਬਹੁਤ ਜ਼ਰੂਰੀ ਹੈ ਹਰ ਬੰਦੇ ਵਾਸਤੇ ਪਰ ਉਹਦੇ ਤੋਂ ਵੀ ਜ਼ਿਆਦਾ ਅੱਜਕੱਲ੍ਹ ਜੋ ਜੀ ਚੀਜ਼ ਦੀ ਜ਼ਰੂਰਤ ਹੈ ਨੁਕਤਾ ਦੀ ਸੇਵਾ ਜਿਹੜੀ ਹੈ ਮੇਰੇ ਖਿਆਲੋਂ ਨੁਕਤਾ ਦੀ ਸੇਵਾ ਜਿਹੜੀ ਹੈ ਨਾ ਉਹ ਸਭ ਤੋਂ ਜ਼ਰੂਰੀ ਹੈ ਮੈਂ ਸਮਝਦਾ ਸਰ ਜਿਹੜੀ ਸਕਿੱਲ ਦੀ ਗੱਲ ਕੀਤੀ ਹੈ ਤੁਸੀਂ ਸਕਿੱਲ ਤੇ ਆ ਜੀਏ ਅ ਪੁਰਾਣੇ ਸਮਿਆਂ ਦੇ ਵਿੱਚ ਕਾਰਪੇਂਟਰੀ ਦੀ ਪਲੰਬਰਿੰਗ ਦੀ ਜਿਹੜੀ ਇਹਨੇ ਸਿਖਲਾਈ ਦਿੱਤੀ ਜਾਂਦੀ ਸੀ ਸਕੂਲਾਂ ਵਿੱਚ ਵਰਕਸ਼ਾਪਸ ਬਣੀ ਹੁੰਦੀਆਂ ਸੀਗੇ ਮੇਰੇ ਖਿਆਲੋਂ ਬੈਟਰ ਤਰੀਕਾ ਸੀਗਾ ਖਾਸ ਕਰਕੇ ਸਰਕਾਰੀ ਸਕੂਲਾਂ 'ਚ ਅੱਜ ਉਹ ਬੰਦ ਹੋ ਗਿਆ ਸੀ ਮਤਲਬ ਕਿਤਾਬੀ ਕੀੜੇ ਬਣ ਕੇ ਰਹਿ ਗਏ ਆ ਜੇ ਬੱਚਾ ਜਦੋਂ ਬਾਅਦ ਚ ਪਲੱਸ 2 ਕਰਕੇ ਨਿਕਲਦਾ ਤਾਂ ਉਹਦੇ ਅੱਚ ਕੁਝ ਵੀ ਨਹੀਂ ਹੁੰਦਾ ਸਵਾਏ ਕਿਤਾਬਾਂ ਤੋਂ ਠੀਕ ਹੈ ਨਾ ਜੀ ਤੇ ਜੇ ਸਕਿੱਲ ਦੀ ਗੱਲ ਕਰੀਏ ਤਾਂ ਜ਼ੀਰੋ ਹੁੰਦੀ ਹੈ ਤੁਸੀਂ ਕਿਸ ਸਮੇਂ ਤੇ ਆਉਣਾ ਚਾਹੀਦਾ ਦੁਬਾਰਾ ਬਿਲਕੁਲ ਜੀ ਐਸਸੀ ਹੈ ਪਿੱਛੇ ਕੁਛ ਇੱਕ ਪ੍ਰੋਗਰਾਮ ਵੀ ਕੀਤੇ ਸਨ ਫਾਊਂਡੇਸ਼ਨ ਜਿਹੜੇ ਸਾਰ ਵਿਕਰਮ ਸਿੰਘ ਸਾਨੀ ਉਹ ਇੱਕ ਉਹਨਾਂ ਦਾ ਫੋਕਸ ਹੀ ਹੈ ਕਿ ਬੱਚਿਆਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਕਰਨ ਵਾਸਤੇ ਸੈਂਟਰ ਖੋਲੇ ਜਾਣ ਉਹਨਾਂ ਨੇ ਪੰਜਾਬ ਦੇ ਵਿੱਚ ਤੇ ਹੋਰ ਕਾਫੀ ਸਟੇਟਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਖੋਲੇ ਨੇ ਉਹਨਾਂ ਨੇ ਪਿੱਛੇ ਜੇ ਇੱਕ ਛਾਟੇ ਕਬੀਰਪਾਰਕ 'ਚ ਵੀ ਇੱਕ ਸੈਂਟਰ ਖੋਲਿਆ ਜਿਹਦੇ ਵਿੱਚੋਂ ਕਾਫੀ ਸਾਰੇ ਬੱਚੇ ਸਾਡੇ ਕੋਲ ਫੈਕਟਰੀ ਦੇ ਵਿੱਚ ਵੀ ਆਏ ਨੇ ਔਰ ਇੱਕ ਉਹਨਾਂ ਨੇ ਰਾਈਸ ਦੇ ਵਾਸਤੇ ਵੀ ਇੱਕ ਉਹਦੇ ਵਾਸਤੇ ਬਾਸਮਤੀ ਪ੍ਰੋਸੈਸਿੰਗ ਦਾ ਵੀ ਇੱਕ ਉਹਨਾਂ ਨੇ ਉਹਦੇ ਵਿੱਚ ਕੋਰਸ ਰੱਖਿਆ ਸੋ ਇਸ ਤਰ੍ਹਾਂ ਦੇ ਉਹਨਾਂ ਨੇ ਕੱਪੜੇ ਦੇ ਉੱਤੇ ਹੋਰ ਕਈ ਚੀਜ਼ਾਂ ਉੱਤੇ ਖਰਾਦਾਂ ਖਰਾਦ ਖਰਾਦ ਦੇ ਉੱਤੇ ਹੋਰ ਮਤਲਬ ਬੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਉਹਨਾਂ ਨੇ ਜਿਹੜੇ ਆ ਉਹ ਇਲੈਕਟ੍ਰੋਨਿਕਸ ਉੱਤੇ ਵੀ ਕੋਰਸੇ ਰੱਖੇ ਨੇ ਸੋ ਉਹਨਾਂ ਦੀ ਜ਼ਰੂਰਤ ਆ ਤਾਂ ਕਿ ਸਾਡਾ ਜਿਹੜਾ ਯੂਥ ਹੈ ਅਸੀਂ ਉਹਨੂੰ ਬਚਾ ਸਕੀਏ ਅਸੀਂ ਇੰਨੀ ਕੁ ਡਵੈਲਪਮੈਂਟ ਪੰਜਾਬ ਦੇ ਵਿੱਚ ਕਰ ਦਈਏ ਕਿ ਸਾਡਾ ਯੂਥ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦਾ ਨਾਮ ਰੋਸ਼ਨ ਕਰੇ ਨਾ ਕਿ ਦੂਜੇ ਮੁਲਕਾਂ ਵੱਲ ਭੱਜੇ ਅੱਜ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਪੜਾਈ ਸਕਿੱਲ ਡਵੈਲਪਮੈਂਟ ਤੇ ਥਰਡ ਸਾਡਾ ਜਿਹੜਾ ਉਹਦੇ ਵਾਸਤੇ ਜਦੋਂ ਤਿਆਰ ਹੋਵੇ ਬੱਚਾ ਉਹਦੇ ਵਾਸਤੇ ਰੋਜ਼ਗਾਰ ਸੋ ਐਸਐਨਜੀ ਅਰਵਿੰਦਰ ਸਿੰਘ ਜੀ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਜਿਹੜੇ ਕਿ ਵਰਲਡ ਕੈਂసర్ ਕੇਅਰ ਵੱਲੋਂ ਆਏ ਨੇ ਔਰ ਇੱਥੇ ਚੈੱਕਅਪ ਕਰ ਰਹੇ ਨੇ ਮਰੀਜ਼ਾਂ ਦਾ ਉਹਨਾਂ ਨਾਲ ਗੱਲਬਾਤ ਕਰਕੇ ਜਾਣ ਲੈਂਦੇ ਆਂ ਵੀ ਹੁਣ ਤੱਕ ਕਿੰਨੇ ਮਰੀਜ਼ ਹੋ ਗਏ ਨੇ ਤੇ ਅੱਗੇ ਕਿਸ ਤਰ੍ਹਾਂ ਜਿਹੜੀ ਆ ਪਲਾਨਿੰਗ ਕੀਤੀ ਗਈ ਆ ਹਾਂਜੀ ਸਵਾਗਤ ਹੈ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਜੀ ਫਸਟ ਆਫ ਆਲ ਤੋਂ ਮੈਂ ਧੰਨਵਾਦ ਕਰਦਾ ਜੀ ਲਾਲ ਕਿਲਾ ਰਾਈਸ ਵਾਲੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਇੱਥੇ ਸਾਨੂੰ ਚੱਬਾ ਦੇ ਵਿੱਚ ਜਿਹੜਾ ਕੈਂਪ ਲੱਗਿਆ ਹੋਇਆ ਮੈਂ ਡਾਕਟਰ ਧਰਮਿੰਦਰ ਟੈਲੋ ਵਰਲਡ ਕੈਂసర్ ਕੇਅਰ ਹੁਣ ਤੱਕ ਅਪਰੋਕਸੀ ਮੋਬਾਈਲ ਬੱਸਾ ਲੈ ਕੇ ਪਹੁੰਚੀ ਆ 25 ਦੇ ਕਰੀਬ ਜਿਹੜਾ ਸਾਡਾ ਅਮਲਾ ਹੈਗਾ ਸੱਤ ਅੱਠ ਕਿਸਮ ਦੇ ਟੈਸਟ ਹੋ ਰਿਹਾ ਜੀ ਛਾਤੀ ਦਾ ਹੈ ਬੱਚੇਦਾਨੀ ਦਾ ਹੈ ਗਦੂਦਾਂ ਦਾ ਟੈਸਟ ਹੈ ਇਸ ਤੋਂ ਇਲਾਵਾ ਜੀ ਮੂੰਹ ਤੇ ਗਲੇ ਦੀ ਜਾਂਚ ਕੀਤੀ ਜਾ ਰਹੀ ਹੱਡੀਆਂ ਟੈਸਟ ਕੀਤੇ ਜਾ ਰਹੇ ਆ ਔਰ ਇਸ ਤੋਂ ਇਲਾਵਾ ਸ਼ੂਗਰ ਹੈ ਬਲੱਡ ਪ੍ਰੈਸ਼ਰ ਜਨਰਲ ਦਵਾਈਆਂ ਵੀ ਉਹ ਦਿੱਤੀਆਂ ਜਾ ਰਹੀਆਂ ਸਾਡਾ ਜਿਹੜਾ ਮਕਸਦ ਹੁੰਦਾ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜਵਾ ਕਿਉਂਕਿ ਕੈਂਸਰ ਦਾ ਇਲਾਜ ਤਾਂ ਹੀ ਸੰਭਵ ਹੈ ਜੇ ਪਹਿਲੋਂ ਪਤਾ ਲੱਗੇ ਅਕਸਰ ਕੀ ਹੁੰਦਾ ਕਿ ਇਹ ਆਪਾਂ ਲੇਟ ਹੋ ਜਾਂਦੇ ਆ ਡਾਇਗਨੋਸ ਲੇਟ ਹੁੰਦਾ ਤੁਹਾਨੂੰ ਕਾਲਸ ਆਉਂਦੀਆਂ ਨੇ ਮੇ ਕੈਂਸਰ ਦਾ ਇਲਾਜ ਇੱਕੋ ਇੱਕ ਹੀ ਪੋਸੀਬਲ ਹੈ ਪੂਰੇ ਵਰਲਡਵਾਈਡ ਮੈਂ ਨਹੀਂ ਕਹਿ ਰਿਹਾ ਅਮਰੀਕਾ ਦਾ ਜਿਹੜਾ ਮੈਡੀਕਲ ਜਰਨਲ ਹੈ ਉਹ ਵੀ ਇਹੀ ਗੱਲ ਕਹਿ ਰਿਹਾ ਕਿ ਅਜੇ ਤੱਕ ਇਹਦੀ ਕੋਈ ਪੁਖਤਾ ਸਟੱਡੀ ਨਹੀਂ ਆਈ ਲੇਕਿਨ ਬਸ ਸਕਦੇ ਆ ਜੇ ਆਪਾਂ ਇਹਨੂੰ ਪਹਿਲੋਂ ਫੜਾਂਗੇ ਪਹਿਲੋਂ ਕਿਦਾਂ ਫੜ ਸਕਦੇ ਆ ਕੈਂਸਰ ਦੇ ਬਾਰੇ ਜਾਣਕਾਰੀ ਹਾਸਲ ਕਰਕੇ ਇਦਾਂ ਦੇ ਕੈਂਪਾਂ ਦਾ ਹਿੱਸਾ ਬਣ ਕੇ ਇਦਾਂ ਦੀ ਕੰਬੇਨ ਦਾ ਹਿੱਸਾ ਬਣ ਕੇ ਤੁਸੀਂ ਆਪਣੀ ਜਾਂਚ ਜ਼ਰੂਰ ਕਰਵਾਓ ਤਾਂ ਕਿ ਆਪਾਂ ਕੈਂਸਰ ਨੂੰ ਬਣਨ ਤੋਂ ਪਹਿਲੋਂ ਫੜੋ ਸੀਰੀਜ਼ ਆਫ ਕੈਂਪ ਲੱਗ ਰਿਹਾ ਜੀ ਅੱਜ ਇੱਥੇ ਹੈਗੇ ਆ ਕੱਲ ਨੂੰ ਰنجੀਤਪੁਰ ਨੂੰ ਪਹੁੰਚ ਰਹੇ ਆ ਵਾਦੀ ਦੇ ਵਿੱਚ ਕੋਸ਼ਿਸ਼ ਕਰੋ ਜਿਹੜੇ ਲੋਕ ਰਹਿ ਗਏ ਆ ਜਰੂਰ ਆਪਣਾ ਚੈੱਕਪ ਬਕਰਾਉਣ ਕਿਉਂਕਿ ਵਰਲਡ ਕੈਂసర్ ਕੇਅਰ ਦਾ ਇਹੀ ਪ੍ਰਾਣ ਹੈ ਹਮੇਸ਼ਾ ਕਿ ਕੰਟੀਨਿਊ ਜਿਹੜਾ ਮੋਬਾਈਲ ਕਨਸੈਪਟ ਦੇ ਥਰੂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੀ ਸਰਵਿਸ ਦਿੱਤੀ ਜਾਵੇ ਜਿੱਥੇ ਅਸੀਂ ਪੰਜਾਬ ਦੇ ਵਿੱਚ ਫੋਕਸ ਕਰ ਰਹੇ ਆ ਨਾਲ ਦੀ ਨਾਲ ਜਿਹੜੀਆਂ ਨੇਬਰ ਸਟੇਟ ਐ ਜਿਵੇਂ ਯੂਪੀ ਐ ਡੈਲੀ ਐ ਜੰਮੂ ਕਸ਼ਮੀਰ ਐ ਹਰਿਆਣਾ ਹੈਗਾ ਰਾਜਸਥਾਨ ਐ ਸਾਰੇ ਪਾਸੇ ਜਿਹੜੀ ਕੰਬਨ ਜਿਹੜੀ ਰਨ ਕਰ ਰਹੀ ਆ ਔਰ ਜਿਹੜੀ ਧਾਰੀਵਾਲ ਸਾਹਿਬ ਵੱਲੋਂ ਰਨ ਕੀਤੀ ਜਾ ਰਹੀ ਔ ਲਾਲ ਕਿਲਾ ਰਾਈਸ ਵਾਲੇ ਹੈਗੇ ਇਹਨਾਂ ਨੇ ਬੜਾ ਵਧੀਆ ਮੈਂ ਕਹਿੰਦਾ ਐਫਰਟ ਕੀਤਾ ਔਰ ਇਦਾਂ ਦੇ ਅਗਰ ਐਫਰਟ ਕੰਟੀਨਿਊ ਰਹਿਣ ਤੇ ਮੈਂ ਸਮਝਦਾ ਕਿ ਬੜੀਆਂ ਵਧੀਆ ਸਿਹਤ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਸਕਦੀਆਂ ਆ ਸਰ ਮੈਂ ਢਿੱਲੋ ਸਾਹਿਬ ਮੈਂ ਤੁਹਾਡੇ ਨਾਲ ਗੱਲ ਪੁੱਛਣਾ ਚਾਹਾਂਗਾ ਕਿ ਵੀ ਇਹਦੇ ਵਿੱਚ ਕਿਹੜੇ ਏਜ ਗਰੁੱਪ ਦੇ ਜਿਹੜੇ ਬੱਚੇ ਜ਼ਿਆਦਾ ਆ ਰਹੇ ਨੇ ਔਰ ਕਿਹੜੇ ਗਰੁੱਪ ਜਿਹੜੇ ਆਨੇ ਚਾਹੀਦੇ ਨੇ ਤਾਂ ਮੈਂ ਕਿੰਨੀ ਏਜ ਤੋਂ ਬਾਅਦ ਜਿਹੜਾ ਜਿਹੜੀ ਹੈ ਡਾਇਗਨੋਸ ਹੋਣਾ ਜ਼ਰੂਰੀ ਹੁੰਦਾ ਹੈ ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਹੈ ਯਾ ਕਿਹੜੇ ਕੰਡੀਸ਼ਨਸ ਉਸ ਏਜ ਤੋਂ ਪਹਿਲੇ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਕੇ ਚੈੱਕਅਪ ਜ਼ਰੂਰੀ ਹੋ ਜਾਂਦਾ। ਦੇਖੋ ਅਸੀਂ ਦੋ ਪੱਖ ਤੋਂ ਕੰਮ ਕਰਦੇ ਹਾਂ ਇੱਕ ਤਾਂ ਹੈਗਾ ਅਵੇਰਨੈਸ ਅਵੇਰਨੈਸ ਦੀ ਕੋਈ ਏਜ ਨਹੀਂ ਹੁੰਦੀ ਚਾਹੇ ਉਹ ਕੋਈ 10 ਸਾਲ ਦਾ ਆਵੇ ਚਾਹੇ 15 ਸਾਲ ਦਾ ਆਵੇ। ਬਾਕੀ ਦਾ ਡਾਇਗਨੋਸ ਦੀ ਗੱਲ ਕਰੀਏ ਤਾਂ ਅਪਰੋਕਸੀਮੇਟਲੀ 25 ਸਾਲ ਤੋਂ ਉੱਪਰ ਡਾਇਗਨੋਸ ਬੰਨਾ ਸ਼ੁਰੂ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਉਹਨੂੰ ਬਿਮਾਰੀਆਂ ਵਾਲੇ ਪਾਸੇ ਬੰਦਾ ਤੁਰਨਾ ਸ਼ੁਰੂ ਹੋ ਜਾਂਦਾ ਹੈ ਦੇਖੋ ਬਾਰ-ਬਾਰ ਅਸੀਂ ਇਹੀ ਗੱਲ ਕਰਦੇ ਆ ਕਿ ਕੋਸ਼ਿਸ਼ ਕਰੋ ਆਪਣੀ ਫਿਜ਼ਿਕਸ ਕਿਵੇਂ ਕੰਮ ਕਰਦੀ ਹੈ ਸਰੀਰ ਕਿਵੇਂ ਕੰਮ ਕਰਦਾ ਹੈ ਇਹਨੂੰ ਜਰੂਰ ਪਸਾਨੋ ਕਿਉਂਕਿ ਸਾਨੂੰ ਪਤਾ ਹੀ ਨਹੀਂ ਖਾਣਾ ਕੀ ਹੈ ਰਹਿਣਾ ਕਿਵੇਂ ਹੈ ਐਕਸਰਸਾਈਜ਼ ਕਿੰਨੀ ਜ਼ਰੂਰੀ ਹੈ ਸਟ्रेस ਸਾਡਾ ਕਿੰਨਾ ਕਿ ਬਰڈن ਹੋਣਾ ਚਾਹੀਦਾ ਅਗਰੀ ਚੀਜ਼ਾਂ ਮੈਨੇਜ ਕਰ ਲਈਏ ਸਿੱਖ ਲਈਏ ਪ੍ਰੋਪਰ ਮੈਨੇਜ ਕਰ ਲਈਏ ਤੇ ਮੈਂ ਸਮਝਦਾ ਕਿ ਬਿਮਾਰੀਆਂ ਤੋਂ ਅਸੀਂ ਬਹੁਤ ਦੂਰ ਚ ਚਾਹੀਦਾ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀਆਂ ਸੀ ਬਾਰ ਬਾਰ ਦੱਸਦੇ ਹੁੰਦੇ ਆਂ ਅਗਰ ਖਾਣ ਪੀਣ ਦੀ ਮੈਂ ਗੱਲ ਕਰਾਂ ਤੇ ਆਰਗੇਨਿਕ ਖਾਣ ਪੀਣ ਦੀ ਪਛਾਣ ਕਰੋ ਖਾਣ ਦਾ ਤਰੀਕਾ ਕੀ ਕੀ ਹੈ ਦੋ ਤਰੀਕੇ ਨੇ ਜਿਹੜੇ ਖਾਣ ਪੀਣ ਵਿੱਚ ਗਲਤ ਹੈਗੇ ਨੰਬਰ 1 ਤ ਤ ਖਾਣਾ ਕੀ ਹੈ ਖਾਨ ਦੇ ਵਿੱਚ ਕੋਸ਼ਿਸ਼ ਕਰੋਗੇ ਤੁਹਾਨੂੰ ਨਿਊਟ੍ਰੀਸ਼ਨ ਵੈਲਿਊ ਪਛਾਣੋ ਆਪਣੀ ਤੁਹਾਡਾ ਖਾਣਾ ਆਰਗੈਨਿਕ ਹੋਣਾ ਚਾਹੀਦਾ ਹੈ ਤੁਹਾਡਾ ਖਾਣਾ ਹੋਮ ਮੇਡ ਹੋਣਾ ਚਾਹੀਦਾ ਪ੍ਰੋਸੈਸ ਆਇਲ ਨੂੰ ਘੱਟ ਯੂਜ਼ ਕਰੋ ਮਿੱਠੇ ਤੋਂ ਘੱਟ ਮਿੱਠੇ ਦੀ ਵਰਤੋਂ ਘੱਟ ਕਰਾਓ ਮਿਰਚ ਮਸਾਲੇ ਦੀ ਘੱਟ ਵਰਤੋਂ ਕਰੋ ਪਾਣੀ ਦਾ ਇਨਟੇਕ ਜਿਹੜਾ ਬਹੁਤ ਜ਼ਿਆਦਾ ਹੋਣਾ ਚਾਹੀਦਾ ਸਵੇਰੇ ਜਿੰਨੀ ਭੁੱਖਿਆ ਉਸ ਤੋਂ ਵੱਧ ਖਾਓ ਦੁਪਹਿਰੇ ਜਿੰਨੀ ਭੁੱਖਿਆ ਉਨਾਂ ਹੀ ਖਾਓ ਰਾਤ ਨੂੰ ਜਿੰਨੀ ਭੁੱਖਿਆ ਉਸ ਤੋਂ ਅੱਧਾ ਖਾਓ ਸਾਡਾ ਚੱਕਰ ਉਲਟਾ ਹੈ ਅਸੀਂ ਸਵੇਰੇ ਕੁਝ ਨਹੀਂ ਖਾਂਦੇ ਦੁਪਹਿਰੇ ਵੀ ਸਕਿੱਪ ਕਰ ਜਾਂਦੇ ਆਂ ਰਾਤ ਨੂੰ ਜਿਹੜੇ ਮੰंजे ਤੇ ਖਾਣੇ ਆ ਉਸ ਤੇ ਹੀ ਸੌ ਜਾਂਦੇ ਆ ਇਹ ਸਾਰੇ ਗਲਤ ਹੈ ਸਵੇਰੇ ਵੱਧ ਖਾਣਾ ਹੈ ਦੁਪਹਿਰੇ ਜਿੰਨੀ ਭੁੱਖਿਆ ਹੋਵੇ ਖਾਣਾ ਹੈ ਰਾਤ ਨੂੰ ਜਿੰਨੀ ਭੁੱਖਿਆ ਉਸ ਤੋਂ ਅੱਧਾ ਖਾਣਾ ਹੈ ਪਾਣੀ ਦੀ ਮਾਤਰਾ ਹਰ 2 ਘੰਟੇ ਬਾਅਦ ਇੱਕ ਗਲਾਸ ਪਾਣੀ ਜ਼ਰੂਰ ਪੀਓ ਇਸ ਤੋਂ ਬਾਅਦ ਆ ਜਾਂਦੀ ਐਕਸਰਸਾਈਜ਼ एक्सरसाइज ਦਾ ਜਿਹੜਾ கான்ਸੈਪਟ ਹੈਗਾ ਦਿਨ ਦੇ ਵਿੱਚ ਪਸੀਨਾ ਨਿਕਲਣਾ ਇੱਕ ਵਾਰੀ ਬਹੁਤ ਜ਼ਰੂਰੀ ਹੈ ਪਸੀਨਾ ਕਿਵੇਂ ਇਹ ਨਹੀਂ ਕਿ ਗਰਮੀ ਦਾ ਮੌਸਮ ਹੈ ਪਸੀਨਾ ਆ ਰਿਹਾ ਉਹ ਸਾਡੀ ਉੱਪਰਲੀ ਜਿਹੜੀ ਸਕਿਨ ਹੈ ਉਹ ਡਿਸਚਾਰਜ ਹੋ ਰਹੀ ਹੈ ਤੁਹਾਡੀ ਕੋਈ ਨਾ ਕੋਈ ਵਰਕਆਊਟ ਦੇ ਨਾਲ ਤੁਹਾਡੀ ਐਕਸਰਸਾਈਜ਼ ਦੇ ਨਾਲ ਤੁਹਾਡੇ ਯੋਗਾ ਦੇ ਨਾਲ ਬਾਡੀ ਹੀਟ ਅਪ ਹੋਣੀ ਚਾਹੀਦੀ ਹੈ ਪਸੀਨਾ ਨਿਕਲਣਾ ਚਾਹੀਦਾ ਜਿਹੜਾ ਬੈਕਟੀਰੀਆ ਮੇਰੇ ਅੰਦਰ ਜਮਾੜਾ ਪੈਦਾ ਹੋਇਆ ਉਹ ਪਸੀਨੇ ਨਾਲ ਅੱਜ ਹੀ ਡレイン ਹੋ ਜਾਊਗਾ ਅੱਜ ਦਾ ਸਾਬ ਅੱਜ ਹੀ ਬਰਾਬਰ ਇਸ ਤੋਂ ਬਾਅਦ ਹੈ ਸਟ੍ਰੈਸ ਚਿੰਤਾ ਜਿਹੜੀ ਹੈ బిਗੇਸਟ ਕਿਲਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਲੀਡਿੰਗ ਜਿਹੜੀ ਬਿਮਾਰੀ ਹੋਏਗੀ ਜਿਵੇਂ ਕੈਂਸਰ ਹੈ ਉਹ ਸਟ੍ਰੈਸ ਹੀ ਹੋਏਗੀ ਇਹਦੀ ਸਟੇਟਾ ਹੁੰਦੀ ਹੈ ਕਿਹੜੀ ਸਟੇਜ ਬੰਦਾ ਪਹੁੰਚ ਗਿਆ ਇਕੱਲੇ ਨਾ ਰਿਆ ਕਰੋ ਕੋਸ਼ਿਸ਼ ਕਰਿਓ ਆਪਣੇ ਫਰੈਂਡਾਂ ਚ ਰਿਆ ਕਰੋ ਔਰ ਸਭ ਤੋਂ ਵੱਡੀ ਗੱਲ ਹੈ ਆਪਣੇ ਕੰਮਾਂ ਨੂੰ ਮੈਨੇਜ ਕਰਨਾ ਸਿੱਖੋ ਪ੍ਰੈਜ਼ੈਂਸ ਆਫ ਮਾਈਂਡ ਜੇ ਮੈਂ ਇੱਥੇ ਖੜਾ ਤਾਂ ਮੈਂ ਇੱਥੇ ਹੀ ਖੜਾ ਹੋਣਾ ਚਾਹੀਦਾ ਨਾ ਕਿ ਮੈਂ ਕਿਤੇ ਹੋਰ ਪਹੁੰਚਿਆ ਹੋਇਆ ਹਾਂ ਕੰਮਾਂ ਨੂੰ ਮੈਨੇਜ ਕਰੋ ਹੁੰਦਾ ਕੀ ਹੈ ਕਿ ਸਾਡੇ 10 ਕੰਮ ਹੁੰਦੇ ਆ 10 ਚੋਂ 5 ਨਹੀਂ ਹੁੰਦੇ 5 ਹੋ ਜਾਂਦੇ ਆ ਜਿਹੜੇ ਨਹੀਂ ਹੁੰਦੇ ਉਹ ਸਾਡੇ ਦੇ ਕਿਤੇ ਨਾ ਕਿਤੇ ਪੈਂਡੈਂਸੀ ਕ੍ਰੀਏਟ ਕਰਦੇ ਆ ਉਹ ਸਾਡਾ ਵਰਕਾਊਟ ਵੱਧ ਜਾਂਦਾ ਜਿਹਦੇ ਕਰਕੇ ਸਾਨੂੰ ਬਿਮਾਰੀਆਂ ਜੜੀਆਂ ਲੱਗਦੀਆਂ ਅਗਰ ਅਸੀਂ ਸਾਡੀ ਪੈਂਡੈਂਸੀ ਵਧੇਗੀ ਸਾਡੇ ਕੰਮ ਵਧਣਗੇ ਕੰਮ ਨਹੀਂ ਹੋ ਰਹੇ ਤਾਂ ਮੈਂ ਨਿਰਾਸ਼ ਆ ਜੇ ਮੈਂ ਨਿਰਾਸ਼ ਆ ਤਾਂ ਮੇਰੇ ਸੈਲ ਵੀ ਨਿਰਾਸ਼ ਨੇ ਜੇ ਸੈਲ ਨਿਰਾਸ਼ ਨੇ ਤਾਂ ਮੈਨੂੰ ਬਿਮਾਰੀਆਂ ਲੱਗਣਗੀਆਂ ਮੈਂ ਖੁਸ਼ ਆ ਤਾਂ ਮੇਰੇ ਸੈਲ ਵੀ ਖੁਸ਼ ਨੇ ਬਿਮਾਰੀਆਂ ਨਹੀਂ ਲੱਗਣੀਆਂ ਇਹ ਹੈ ਅਸਲ ਜ਼ਿੰਦਗੀ ਜੀਣ ਦਾ ਫਲਸਫਾ ਚੰਗੀ ਖਰਾਕ ਸਮੇਂ ਸਿਰ ਖਰਾਕ ਪਾਣੀ ਦੀ ਵਰਤੋਂ ਸਹੀ ਹੋਣੀ ਚਾਹੀਦੀ ਐਕਸਰਸਾਈਜ਼ ਤੇ ਸਟ्रेस ਫਰੀ ਜ਼ਿੰਦਗੀ ਬੜੀ ਲੰਮੀ ਜੀਵਨ ਜੀ ਸਕਦੇ ਸੋ ਡਾਕਟਰ ਸਾਹਿਬ ਨੇ ਇੱਕ ਵਧੀਆ ਤਰੀਕਾ ਦੱਸਿਆ ਜ਼ਿੰਦਗੀ ਜੀਉਣ ਦਾ ਤੇ ਸਟ्रेस ਫ੍ਰੀ ਲਾਈਫ ਜਿਹੜੀ ਹੈ ਉਹਨਾਂ ਨੇ ਮੇਨ ਇਸ ਤੇ ਜ਼ੋਰ ਦਿੱਤਾ ਕਿ ਸਟ्रेस ਫ੍ਰੀ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਬਾਡੀ ਲਈ ਜੇ ਅਸੀਂ ਐਕਸਰਸਾਈਜ਼ ਕਰਦੇ ਹਾਂ ਫਿਜ਼ੀਕਲੀ ਫਿਜ਼ੀਕਲੀ ਅਸੀਂ ਫਿੱਟਾਂ ਤਾਂ ਹੀ ਖੁਸ਼ ਰਹਿ ਸਕਦੇ ਹਾਂ ਕਿਉਂਕਿ ਇੱਕ ਸਵਸਥ ਸ਼ਰੀਰ ਦੇ ਵਿੱਚ ਹੀ ਸਵਸਥ ਮਨ ਵਾਸਕਾ ਸੋ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਮੈਡਮ ਸੀਮਾ ਸੋਢੀ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਕੇ ਜਾਂਦੇ ਐਜ਼ ਅ ਲੇਡੀ ਜਿਸ ਤਰ੍ਹਾਂ ਕਿ ਮੈਮੋਗ੍ਰਾਫੀ ਲਈ ਟੈਸਟ ਹੋ ਰਹੇ ਨੇ ਉਹਨਾਂ ਕੋਲ ਪੁੱਛਦੇ ਆਂ ਵੀ ਕਿੰਨੇ ਕੁ ਜ਼ਰੂਰੀ ਹੈ ਕਿਉਂਕਿ ਪਿੰਡਾਂ ਥਾਵਾਂ ਮੈਂ ਸੀਮਾ ਸੋਢੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਆਮ ਆਦਮੀ ਪਾਰਟੀ ਊਮਨ ਵਿੰਗ ਧੰਨਵਾਦ ਕਰਦੀ ਆ ਮੀਡੀਆ ਦਾ ਕਿਉਂਕਿ ਮੀਡੀਆ ਹੀ ਸਾਡਾ ਇਹ ਥੰਬਿਆ ਜਿਹੜਾ ਸਾਡੀ ਗੱਲ ਲੋਕਾਂ ਤੱਕ ਪਹੁੰਚਾ ਸਕਦਾ ਕਿਉਂਕਿ ਕਈ ਲੋਕ ਕੰਮ ਕਰਕੇ ਵੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕੰਮ ਹੋਇਆ ਆ ਜਾਂ ਨਹੀਂ ਹੋਇਆ ਮੀਡੀਆ ਹੀ ਸਾਡਾ ਸਭ ਤੋਂ ਵੱਡਾ ਜਰੀਆ ਹੈ ਧੰਨਵਾਦ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਲਾਲ ਕਿਲਾ ਜੀ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਇੱਕ ਵਰਡ ਕੇਅਰ ਕੈਂਪ ਲਾ ਕੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਇਹ ਹਰ ਵਾਰੀ ਕਰਦੇ ਆ ਕਿਉਂਕਿ ਇਹਨਾਂ ਨੇ ਇਹਨਾਂ ਦਾ ਚੱਬੇ ਦੇ ਵਿੱਚ ਬਹੁਤ ਯੋਗਦਾਨ ਹੈ ਇਹਨਾਂ ਦੇ ਵਿੱਚ ਚੱਬੇ ਦੇ ਕਾਫੀ ਲੋਕ ਆ ਜਿਹੜੇ ਕੰਮ ਕਰਕੇ ਰੋਜਗਾਰ ਕਰਦੇ ਨੇ ਤੇ ਆਪਣਾ ਘਰ ਦਾ गुजारा ਕਰਦੇ ਆ ਪਰ ਵਧੀਆ ਚੀਜ਼ ਐ ਸਾਨੂੰ ਬੜੀ ਫਕਰ ਮਹਿਸੂਸ ਹੁੰਦਾ ਕਿਉਂਕਿ ਜਿੰਨਾ ਵੀ ਇਹਨਾਂ ਨੂੰ ਲੱਗਦਾ ਵੀ ਗਰੀਬ ਜਨਤਾ ਆ ਇਹਨਾਂ ਨੂੰ ਕੁਝ ਮਿਲਣਾ ਚਾਹੀਦਾ ਹੁਣ ਪਿੱਛੇ ਜੀ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਜਿੰਨੀਆਂ ਵਿਡੋ ਜਨਾਨੀਆਂ ਨੇ ਜਿਹੜੀਆਂ ਅਸਲ ਵਿੱਚ ਹੱਕਦਾਰ ਨੇ ਉਹਨਾਂ ਦੇ ਨਾਮ ਦਿੱਤੇ ਜਾਣ ਉਹਨਾਂ ਨੂੰ ਜਿਹੜਾ ਪ੍ਰੋਵਾਈਡ ਕਰਾਇਆ ਜਾਵੇ ਰਾਸ਼ਨ ਵਗੈਰਾ ਧੰਨਵਾਦ ਕਰਨੇ ਅੱਜ ਇਹਨਾਂ ਨੇ ਇੱਕ ਕੈਂਪ ਲਗਾ ਕੇ ਇੱਕ ਵਧੀਆ ਉਪਰਾਲਾ ਕੀਤਾ ਜਿਹਦੇ ਵਿੱਚ ਕਾਫੀ ਲੇਡੀਜ਼ ਜਿਹੜੀਆਂ ਸਾਡੇ ਚੱਬੇ ਦੀਆਂ ਟੈਸਟ ਕਰਵਾ ਹੀ ਨਹੀਂ ਸਕਦੀਆਂ ਸੀ ਕਮਸੇ ਕਮ ਸਾਡੇ 48 ਬੱਚੇ ਆ ਜਿਹੜੇ ਦੇ ਨਾਲ ਕੈਂਸਰ ਨਾਲ ਪੀੜਤ ਨੇ ਚੱਬੇ ਪਿੰਡ ਚ ਚੱਬੇ ਪਿੰਡ ਚ ਜਿਨ੍ਹਾਂ ਦੀ ਮੈਡੀਸਨ ਤਕਰੀਬਨ ਇੱਥੇ ਆਉਂਦੀ ਰਹਿੰਦੀ ਹੈ ਉਹ ਉਹ ਬੱਚੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਸਤਾਏ ਹੋਏ ਨਸ਼ੇ ਨਾਲ ਐਡਿਕਟਡ ਜਿਹੜੇ ਇਸ ਟਾਈਮ ਵਿਚਾਰੇ ਬੜੇ ਦਵਾਈ ਮੈਡੀਸਨ ਵਗੈਰਾ ਉਹਨਾਂ ਨੂੰ ਦਿੱਤੀ ਜਾਂਦੀ ਹੈ ਦੇਣਾ ਆਉਂਦੇ ਆ ਆਂਗਣਵਾੜੀ ਵਰਕਰ ਦੇਣ ਆਉਂਦੇ ਆ ਬੜਾ ਵਧੀਆ ਉਪਰਾਲਾ ਕਰਕੇ ਇਹਨਾਂ ਨੇ ਜਿਹੜਾ ਟੈਸਟ ਕੀਤਾ ਜਿਹੜਾ 15000 ਦਾ ਟੈਸਟ ਹੈ ਉਹ ਜਿਹੜਾ ਬਿਲਕੁਲ ਫ੍ਰੀ ਕੀਤਾ ਗਿਆ ਹੈ ਧੰਨਵਾਦ ਕਰਨੇ ਆ ਵੀ ਜੇ ਇਹੋ ਜੀਆਂ ਚੀਜ਼ਾਂ ਹਰ ਕੋਈ ਇਸ ਤਰ੍ਹਾਂ ਦੀ ਕਰਨ ਲੱਗ ਪਏ ਹਰ ਕੋਈ ਟੈਸਟ ਜਿਹੜਾ ਇਦਾਂ ਫ੍ਰੀ ਹੋਣ ਲੱਗ ਪੈਣ ਫੈਕਟਰੀ ਇੰਡਸਟਰੀ ਕਰਨ ਲੱਗ ਪਏ ਤੇ ਮੇਰੇ ਹਿਸਾਬ ਨਾਲ ਕਾਫੀ ਲੋਕਾਂ ਨੂੰ ਇਹ ਸਹੂਲਤ ਜਿਹੜੀ ਪ੍ਰਦਾਨ ਹੋਵੇਗੀ ਤੇ ਕਾਫੀ ਬੋਝ ਜਿਹੜਾ ਉਹ ਘਟੇਗਾ ਲੋਕਾਂ ਦੇ ਉੱਤੇ ਪੈਸੇ ਦਾ ਜਿਹੜਾ ਜਿਹੜੀ ਅਰਵਿੰਦਰ ਸਿੰਘ ਜੀ ਨੇ ਗੱਲ ਕੀਤੀ ਮੈਂ ਵੀ ਉਹਨਾਂ ਨੂੰ ਪੁੱਛਿਆ ਸੀਗਾ ਵੀ ਪਹਿਲੇ ਸਕੂਲਾਂ ਦੇ ਵਿੱਚ ਸਕਿੱਲ ਨੂੰ ਡਿਵੈਲਪ ਕਰਨ ਵਾਸਤੇ ਛੋਟੀ ਏਜ ਤੋਂ ਹੀ ਕਾਰਪੈਂਟਰੀ ਹੋ ਗਈ ਪਲੰਬਰਿੰਗ ਹੋ ਗਈ ਤਾਂ ਕਿ ਘੱਟੋ ਘੱਟ ਆਪਣੇ ਘਰ ਦੇ ਦੇ ਨਾਲ ਕੇ ਠੀਕ ਕਰ ਸਕਣ ਘੱਟੋ ਘੱਟ ਆਪਣੇ ਘਰ ਦੇ ਦੇ ਕੋਈ ਕਿਲ ਠੋਕ ਸਕਣ ਲੇਕਿਨ ਅੱਜ ਬੱਚੇ ਹੋ ਗਏ ਕਿ 10+2 ਕਰਕੇ ਇਵਨ ਗ੍ਰੈਜੂਏਸ਼ਨ ਕਰਕੇ ਵੀ ਉਹਨਾਂ ਨੂੰ ਘਰ ਦੇ ਕੰਮ ਦਾ ਜਿਹਨੂੰ ਪੰਜਾਬੀ ਚ ਕਹਿੰਦੇ ਆ ਇਲਾ ਦਾ ਨਾਂ ਕੋ ਕੋ ਵੀ ਨਹੀਂ ਪਤਾ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਜਿਹੜਾ ਉਹ ਜਿਹੜੀ ਸਕਿੱਲ ਸੀਗੀ ਡਿਵੈਲਪਮੈਂਟ ਦੀ ਜਿਹੜੀ ਉਹ ਗੱਲ ਉਹ ਦੁ ਲੈ ਕੇ ਆਓ ਅੱਗੇ ਤੁਸੀਂ ਕੀ ਉਪਰਾਲਾ ਕਰੋਗੇ ਇਹਦੇ ਵਾਸਤੇ ਵੇਖੋ ਸਾਡੀ ਸਰਕਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਬਣੀ ਹੈ ਹੈਲਥ ਸਿੱਖਿਆ ਤੇ ਸੁਰੱਖਿਆ ਤਿੰਨ ਚੀਜ਼ਾਂ ਦੇ ਨਾਲ ਹੀ ਆਈ ਅਸੀਂ ਤੇ ਅਸੀਂ ਮੇਨ ਫੋਕਸ ਦੋ ਚੀਜ਼ਾਂ ਤੇ ਕਰ ਰਹੇ ਹਾਂ ਸਿਹਤ ਤੇ ਸਿੱਖਿਆ ਕਿਉਂਕਿ ਵੇਖੋ ਹੁਣ ਸਾਡੇ ਸਕੂਲ ਆਫ ਐਮਿਨੈਂਸ ਬਣਾਏ ਗਏ ਆ ਸਮਾਰਟ ਸਕੂਲ ਬਣਾਏ ਗਏ ਆ ਟੀਚਰ ਸਿੰਗਾਪੁਰ ਭੇਜੇ ਜਾ ਰਹੇ ਆ ਜਿਹੜਾ 70 75 ਸਾਲ ਦਾ ਗੰਦਗੀ ਇੰਨੀ ਪਈ ਉਹ ਸਾਨੂੰ ਥੋੜਾ ਜਿਹਾ ਟਾਈਮ ਲੱਗੇਗਾ ਪਰ ਜੋ ਮਾਹੌਲ ਲੋਕ ਚਾਹੁੰਦੇ ਆ ਜਿੱਦਾਂ ਦਾ ਚਾਹੁੰਦੇ ਆ ਉਸੇ ਉਸ ਤਰ੍ਹਾਂ ਦੇ ਬਣਾਵਾਂਗੇ ਜਿਹੜੇ ਬੱਚੇ ਬਾਹਰ ਗਿਆ ਕੋਸ਼ਿਸ਼ ਹੈ ਸਾਡੀ ਪਿੱਛੇ ਜੇ ਤੁਸੀਂ ਦੇਖਿਆ ਇੱਕ ਇੰਟਰਵਿਊ ਆ ਰਹੀ ਸੀ ਵੀ ਕੁਝ ਬੱਚੇ ਇੱਥੇ ਆ ਕੇ ਦੁਬਾਰਾ ਕੰਮ ਕੀਤਾ ਉਹਨਾਂ ਨੇ ਅਸੀਂ ਕੋਸ਼ਿਸ਼ ਸਾਡੀ ਇਹੋ ਵੀ ਬਾਹਰ ਜਾਣ ਦੀ ਬਜਾਏ ਹੁਣ ਇਹਨਾਂ ਨੇ ਵੀ ਗੱਲ ਕੀਤੀ ਵੀ ਬੱਚੇ ਵਾਪਸ ਆਣ ਜੇ ਸਾਡੀ ਇੰਡਸਟਰੀ ਲੱਗੇਗੀ ਲਗਾਤਾਰ ਤੇ ਅਸੀਂ ਇੰਡਸਟਰੀ ਦੇ ਨਾਲ ਆ ਹਰ ਟਾਈਮ ਨਾਲ ਰਹਿੰਦੇ ਆ ਉਹਨਾਂ ਨੂੰ ਜੋ ਮੁਸ਼ਕਲ ਆਉਂਦੀ ਅਸੀਂ ਉਹਨਾਂ ਦੀ ਸੌਲਵ ਆਊਟ ਕਰਨੇ ਆ ਕਿਸੇ ਤਰੀਕੇ ਦੀ ਇਹਨਾਂ ਨੂੰ ਕੋਈ ਆ ਨਹੀਂ ਦਿੱਤੀ ਜਾਂਦੀ ਪ੍ਰੋਬਲਮ ਅਸੀਂ ਵੀ ਇਹੋ ਚਾਉਂਦੇ ਆਂ ਵੀ ਜਿਹੜੀਆਂ ਵੀ ਚੀਜ਼ਾਂ ਲੋਕਾਂ ਨਾਲ ਵਾਅਦੇ ਕੀਤੇ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ ਤੇ ਐਜੂਕੇਸ਼ਨ ਤੇ ਸਾਡਾ ਮੇਨ ਕੰਮ ਹੋ ਰਿਹਾ ਤੇ ਉਹ ਜਲਦੀ ਹੋਵੇਗਾ ਸਕਿੱਲ ਵਾਲੀ ਜਿਹੜੀ ਮੈਂ ਗੱਲ ਕਹੀ ਹੈ ਉਹ ਆਉਣ ਵਾਲੇ ਟਾਈਮ 'ਚ ਸ਼ੁਰੂ ਹੋ ਸਕਦੀ ਸਰਕਾਰੀ ਜਰੂਰ ਜਰੂਰ ਕਰਾਂਗੇ ਜੀ ਇਸ ਤੇ ਸਾਡਾ ਮੇਨ ਹੈ ਕਿਉਂਕਿ ਲੜਕੀਆਂ ਵਾਸਤੇ ਉਸ ਦਿਨ ਵੀ ਡਿਸਕਸ ਹੋਇਆ ਸੀ ਵੀ ਬਿਊਟੀ ਪਾਰਲਰ ਦਾ ਆਰਟ ਐਂਡ ਕ્રાਫਟ ਦਾ ਵੋਕੇਸ਼ਨਲ ਦਾ ਜਿਹੜਾ ਬੱਚਿਆਂ ਦਾ ਪਲੰਬਿੰਗ ਦਾ ਕੰਮ ਜਿਹੜਾ ਉਹ ਮੁੰਡਿਆਂ ਕੁੜੀਆਂ ਦਾ ਸ਼ੁਰੂ ਕੀਤਾ ਜਾ ਜਲਦੀ ਕਰਾਂਗੇ ਸੋ ਸਾਡੇ ਨਾਲ ਮੌਜੂਦ ਨੇ ਜੀ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਮਿਸਟਰ ਅਸ਼ੋਕ ਸੇਠੀ ਨਾਲ ਕਈ ਚੈਰਿਟੀ ਦੇ ਕੰਮ ਵੀ ਸੰਸਥਾਵਾਂ ਦੇ ਨਾਲ ਵੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਜੀ ਇਹਦੇ ਵਿੱਚ ਇਹਨਾਂ ਦਾ ਕੀ ਯੋਗਦਾਨ ਰਿਹਾ ਤੇ ਇਹ ਕੀ ਸਮਝ ਦੇਣੀ ਚੈਰਿਟੀ ਨੂੰ ਲੈ ਕੇ ਹਾਂਜੀ ਸਰ ਸਵਾਗਤ ਹੈ ਸਰ ਮੈਂ ਅਸ਼ੋਕ ਸੇਠੀ ਜੀ ਮੈਂ ਪੰਜਾਬ ਰਾਈਸ ਐਕਸਪੋਰਟਰ ਐਸੋਸੀਏਸ਼ਨ ਨਾਲ ਜੁੜਿਆ ਹਾਂ ਜੀ ਅਸੀਂ ਇਹ ਪਿਛਲੇ ਸਾਲ ਜਦੋਂ ਕੈਂਪ ਸ਼ੁਰੂ ਕੀਤਾ ਕੁਲ 34 ਸਾਲ ਸਾਡਾ ਕੰਟ੍ਰੈਕਟ ਹੋਇਆ ਉਹਨਾਂ ਨੇ ਕਿਹਾ ਇਹ ਕੈਂਸਰ ਵੇਨਰ ਕੈਂਪ ਲਾਣੇ ਸਾਡੇ ਰਾਈਸ ਮਿਲਰ ਦੀ ਬੜੇ ਵੱਡੇ ਨੇ ਚੰਮਰ ਸਿੰਘ ਸੇਠੀ ਆ ਉਹਨੇ 30 ਕੈਂਪ ਆਰਗੇਨਾਈਜ਼ ਕੀਤੇ ਆਗਸਟ ਸੈਪਟੈਂਬਰਸ ਅਸੀਂ ਪੰਜਾਬ ਹਰਿਆਣਾ ਤੇ ਜਲਾਲਾਬਾਦ ਅਬੋਰ ਦੇ ਇਲਾਕੇ ਵਿੱਚ ਵੀ ਕੀਤੇ ਨੇ ਸਾਰੇ ਕੈਂਪ ਉਸ ਤੋਂ ਬਾਅਦ ਇਨਸਪਾਇਰ ਹੋ ਕੇ ਜੋ ਤਾਲੀਵਾਲ ਸਾਹਿਬ ਸਾਨੂੰ 22 ਚਾਂਸ ਇੱਕ ਵਾਰੀ ਚੰਡੀਗੜ੍ਹ ਮਿਲ ਗਿਆ ਅਰਵਿੰਦਰ ਜੀ ਨੇ ਨਾਲ ਹੀ ਸੀ ਉਹਨੇ ਕਿਹਾ ਜੀ ਅੰਮ੍ਰਿਤਸਰ ਕੈਂਪ ਲਾਣੇ ਆ ਅਸੀਂ ਉਸੇ ਵੇਲੇ ਕਿਹਾ ਸਰ ਅਸੀਂ 10 ਕੈਂਪ ਤੇ ਤੁਹਾਨੂੰ ਸਪான்ਸਰ ਕਰਾਂਗੇ ਸਾਡੇ ਰਾਈਸ ਮਿਲਣ ਸਾਰਿਆਂ ਨੇ ਪੈਸੇ ਕੰਟ੍ਰਿਬਿਊਟ ਕਰਕੇ ਅਸੀਂ 10 ਕੈਂਪ ਲਗਾ ਰਹੇ ਹਾਂ ਸਰ ਪਹਿਲਾ ਕੈਂਪਸ ਅੱਜ ਲੱਗਿਆ ਜੀ ਉਹਨਾਂ ਦੀ ਲਾਲ ਕਿਲਾ ਫੈਕਟਰੀ ਕੱਲ ਅਸੀਂ ਲਗਾ ਰਹੇ ਹਾਂ ਫੈਸਪੂਰਾ ਉਸ ਤੋਂ ਬਾਅਦ ਬੂਆ ਨੰਗਲੀ ਲੱਗ ਰਹੇ ਫਿੱਕੀ ਵਾਲਿਆਂ ਨਾਲ ਉਸ ਤੋਂ ਬਾਅਦ اسلامਾਬਾਦ ਸਾਡੇ ਬਵਨ ਸਕੂਲ ਚ ਲੱਗ ਰਿਹਾ ਹੈ 23 ਤਰੀਕ ਨੂੰ ਛਾਟੇ ਨਰੈਨਗੜ੍ਹ ਚ ਲੱਗ ਰਿਹਾ ਹੈ 25 ਤਰੀਕ ਨੂੰ ਅਸੀਂ ਲਗਾ ਰਹੇ ਹਾਂ ਅੰਦਵਿਦਿਆਲਿਆ ਲਗਾ ਰਹੇ ਹਾਂ 27 ਤਰੀਕ ਨੂੰ ਅਸੀਂ ਇੱਥੇ ਲਗਾ ਰਹੇ ਹਾਂ ਸਪਰਟ੍ਰੈਕਸ਼ਨ ਇੰਡਸਟਰੀ ਉੱਪਰ ਇੱਕ ਬਾਬਾ ਸਕੂਲ ਚ ਲਗਾ ਰਹੇ ਹਾਂ ਨਸ਼ਾ ਰਹਿ ਖੁੱਤ ਲਾ 10 ਕੈਂਪਸ ਹੀ ਪੂਰੇ ਕੰਪਲੀਟ ਕਰਨੇ ਨੇ 30 ਅਪ੍ਰੈਲ ਤੱਕ ਉਹ ਹੀ ਹੈ ਸਾਡਾ ਟੀਚਾ ਅਸੀਂ ਜਿਸ ਸਾਰਿਆਂ ਨੇ ਦੱਸਿਆ 15000 ਰੁਪਏ ਟੈਸਟ ਕਾਸਟ ਕਰਦੀ ਹੈ ਅਤੇ ਪੈਟਸਕੈਨ ਨੇ ਮੈਮੋਗ੍ਰਾਫੀ ਹੈ ਬੋਨ ਡੈਂਟਲਿਸਟ ਟੈਸਟ ਨੇ ਬਲੱਡ ਸ਼ੂਗਰ ਟੈਸਟ ਨੇ اور ਅਵੇਅਰਨੈਸ ਵਾਸਤੇ ਅੰਦਰ ਇੱਕ ਟੀਵੀ ਬੈਂਡ ਚਲਾ ਰਹੇ ਆ ਵੀਡੀਓ ਚਲਾ ਰਹੇ ਆ ਦੱਸਿਆ ਸਾਡੇ ਕੋਲ 20 25 ਬੰਦੇ ਦਾ ਸਟਾਫ ਹੈ ਦਵਾਈਆਂ ਵੀ ਫ੍ਰੀ ਦੇ ਰਹੇ ਆ ਸਾਰੇ ਚੈੱਕ ਕਰ ਰਹੇ ਆ ਇਸ ਕਰਕੇ ਚਾਹੁੰਦੇ ਆ ਕਿ ਸਾਰੇ ਪੰਜਾਬ 'ਚ ਅਵੇਅਰਨੈਸ ਫੈਲੇ ਜਿਆਦਾ ਜ਼ਿਆਦਾ ਮੈਂ ਰੁਕੋ ਰਿਕੁਐਸਟ ਕਰਾਂਗਾ ਕਿ ਇਹ দান ਦਾ ਪ੍ਰੋਜੈਕਟ ਜਿਹੜਾ ਹੈ ਨਾ ਹੈਲਥ ਚੂਰ ਸਿਹਤ ਤੋਂ ਸ਼ੁਰੂ ਕਰ ਸਿਹਤ ਤੇ ਪੜਾਈ ਦੋ ਚੀਜ਼ਾਂ ਨੇ ਇਹ ਸੰਤ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੀਆਂ ਸਰ ਇੱਕ ਟਾਈਮਿੰਗਸ ਕੀ ਯਾਨੀ ਕੈਂਪਸੀਆਂ ਕਿਉਂਕਿ ਇਹ ਸਾਡਾ ਕੈਂਪ ਸਵੇਰੇ 10 ਵਜੇ ਸ਼ੁਰੂ ਹੁੰਦਾ ਸ਼ਾਮ ਨੂੰ 4 ਵਜੇ ਤੱਕ ਚੱਲਦਾ ਹੈ ਫਿਰ ਤੁਸੀਂ ਤੁਹਾਨੂੰ ਦੱਸਾਂਗਾ ਕਿ ਹਰੇ ਬੰਦੇ ਦਾ ਇੱਥੇ ਨੰਬਰ ਨੋਟ ਕੀਤਾ ਜਾਂਦਾ ਜਦੋਂ ਰਿਪੋਰਟ ਆਉਂਦੀ ਉਹਨੂੰ ਸਿਰਫ ਫਲੈਸ਼ ਕੀਤੀ ਜਾਂਦੀ ਵੀ ਤੇਰੀ ਇਹ ਰਿਪੋਰਟ ਆਈ ਹੈ ਤੈਨੂੰ ਇਹ ਪ੍ਰੋਬਲਮ ਹੈ ਹੈ ਪ੍ਰੋਬਲਮ ਨਹੀਂ ਹੈ ਜੇ ਉਹਨੂੰ ਪ੍ਰੋਬਲਮ ਵਾਈਂ ਦੱਸਿਆ ਜਾਂਦਾ ਕਿ ਇਹ ਇਲਾਜ ਕਰਾਲ ਹੈ ਇਹ ਤੇਰੀ ਕੈਂਸਰ ਦੀ ਸਟੇਜ ਹੈ ਜਾਂ ਨਹੀਂ ਹੈ ਉਹ ਸਾਰਾ ਮੈਸੇਜ ਉਸੇ ਇਨਸਟੈਂਟਲੀ ਪਹੁੰਚ ਜਾਂਦਾ ਅਰ ਜੀ ਜਿੰਨਾ ਵੀ ਹੈ ਅੱਜ ਕੈਂਪ ਬਨੇਗਾ ਇਹਦੀ ਰਿਪੋਰਟ ਤਿਆਰ ਹੋ ਗਈ ਕੱਲ ਤੱਕ ਹਰ ਇੱਕ 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 ਬੰਦੇ ਦਾ ਨਾਮ ਹੋਏਗਾ ਟੈਲੀਫੋਨ ਨੰਬਰ ਮੋਬਾਈਲ ਫੋਨ ਹੋਏਗਾ ਉਹਨੂੰ ਰਿਪੋਰਟ ਜਾਏਗੀ ਸਾਨੂੰ ਪੂਰੀ ਰਿਪੋਰਟ ਆਈ ਅਸੀਂ ਵੀ ਜਿਹੜੀ ਕੰਪਨੀਆਂ ਨੇ ਪੈਸੇ ਖਰਚੇ ਉਹਨਾਂ ਦੇ ਸੋਸ਼ਲ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਅੰਦਰ ਸਾਨੂੰ ਪੂਰੀ ਰਿਪੋਰਟ ਦੇਣਗੇ ਅਸੀਂ ਸ਼ੇਅਰ ਕਰਾਂਗੇ ਹਰ ਇੱਕ ਪੇਸ਼ੰ ਨਾਲ ਰਿਪੋਰਟ ਸ਼ੇਅਰ ਕੀਤੀ ਜਾਏਗੀ ਇਸ ਕਰਕੇ ਇਹ ਸਾਰਾ ਉਪਰਾਲਾ ਪਿਛਲੇ ਸਾਲ ਸ਼ੁਰੂ ਕੀਤਾ ਸੀ ਇਹ ਵਾਈਗਰ ਨੂੰ ਚਾਲ ਸੀ ਹਰ ਸਾਲ ਕੋਸ਼ਿਸ਼ ਕਰਾਂਗੇ 15 20 ਕੈਂਪਸ ਹੀ ਜਰੂਰ ਅੰਬਰਸੋ ਦੇ ਏਰੀਆ ਚ ਪਿੰਡਾਂ ਚ ਲਗਾਵਾਂਗੇ ਸੋ ਤੁਸੀਂ ਸੁਣਿਆ ਜੀ ਸਾਰੇ ਜਿਹੜੇ ਇੱਥੇ ਪਤਵੰਤੇ ਸੱਜਣ ਪਹੁੰਚੇ ਨੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਵਰਲਡ ਕੈਂసర్ ਕੇਅਰ ਤੋਂ ਵੀ ਡਾਕਟਰ ਨੇ ਰਵਿੰਦਰਪਾਲ ਸਿੰਘ ਜੀ ਨੇ ਅਸ਼ੋਕ ਸੇਠੀ ਜੀ ਨੇ ਮੈਡਮ ਸੀਮਾ ਸੋਢੀ ਨੇ ਉਹਨਾਂ ਨੇ ਜਿਹੜੀ ਪੜ੍ਹਾਈ ਦੀ ਗੱਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਲਈ ਸਕੂਲਾਂ ਦੇ ਵਿੱਚ ਕੀਤਾ ਜਾਵੇਗਾ ਪਹਿਲੇ ਸਰਕਾਰੀ ਸਕੂਲਾਂ ਤੋਂ ਫਿਰ ਉਹਦੇ ਵਿੱਚ ਉਸ ਤੋਂ ਬਾਅਦ ਜਿਹੜਾ ਪ੍ਰਾਈਵੇਟ ਸਕੂਲਸ ਦੇ ਵਿੱਚ ਵੀ ਇਹਦੀ ਇਹਨੂੰ ਮੈਂਡੇਟਰੀ ਕੀਤਾ ਜਾਏਗਾ ਤਾਂ ਕਿ ਬੱਚੇ ਜਿਹੜੇ ਨੇ ਸਕੂਲ ਤੋਂ ਜਦੋਂ ਨਿਕਲੇ ਆਪਣੇ ਸਕੂਲਿੰਗ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲਣ ਤਾਂ ਘੱਟੋ ਘਾਟੋ ਇੰਨਾ ਕੁ ਸਕਿੱਲ ਹੋਣ ਕਿ ਆਪਣੇ ਘਰ ਦੇ ਕੰ ਸਕਦੇ ਤੇ ਗਲਫ ਵਗੈਰਾ ਕੰਟਰੀਜ਼ ਦੇ ਵਿੱਚ ਸਕਿੱਲ ਵਰਕਰਸ ਦੀ ਕਾਫੀ ਡਿਮਾਂਡ ਰਹਿੰਦੀ ਹੈ ਤਾਂ ਆਪਣਾ ਜੀਵਨ ਜਿਹੜਾ ਘੱਟੋ ਘੱਟ ਵਧੀਆ ਤਰੀਕੇ ਦੇ ਨਾਲ ਆਪਣੀ ਰੋਟੀ ਪਾਣੀ ਜਿਹੜੀ ਆ ਉਹ ਜਿਹੜੀ ਆ ਖਾ ਸਕਦੇ ਆ ਤੇ ਅੱਗੇ ਵੀ ਜੇ ਕੋਈ ਕੰਮ ਸ਼ੁਰੂ ਕਰਦੇ ਨੇ ਤੇ ਅੱਗੇ ਵੀ ਆਪਣਾ ਰੋਜ਼ਗਾਰ ਜਿਹੜਾ ਉਹ ਦੇ ਸਕਦੇ ਸੋ ਐਸੇ ਹੀ ਪੋਜ਼ਿਟਿਵ ਵਿਚਾਰਾਂ ਦੇ ਨਾਲ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ